ਹਾਂ ਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਪਹੁੰਚੇ ਹਾਂ ਪਿੰਡ ਡੱਲ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ। ਵੀਰ ਦਲੇਰ ਸਿੰਘ ਬਾਠ ਦੇ ਘਰ ਪਹੁੰਚੇ ਹਾਂ ਦੋਸਤੋ, ਅਤੇ ਪਸ਼ੂ ਤੁਹਾਨੂੰ ਅੱਜ ਇਸ ਘਰੋਂ ਆਪਾਂ ਤਿੰਨ ਦਿਖਾਉਣੇ ਆ। ਪਹਿਲਾਂ ਵੀ ਕਾਫੀ ਵੀਡੀਓ ਆਪਾਂ ਇਸ ਘਰੋਂ ਅਪਲੋਡ ਕੀਤੀਆਂ ਨੇ, ਪਸ਼ੂ ਤੁਹਾਨੂੰ ਦਿਖਾਈਦੇ ਆ। ਰੂਟੀਨ ਦੇ ਵਿੱਚ ਪਸ਼ੂ ਆਉਂਦੇ ਆ, ਸੇਲ ਪਰਚੇਜ਼ ਦਾ ਕੰਮ ਆ ਵੀਰ ਉਹਨਾਂ ਦਾ। ਅਤੇ ਵੀਰ ਦਲੇਰ ਸਿੰਘ ਬਾਠ ਦੇ ਬਿਲਕੁਲ ਲੜਕੇ ਤੋਂ ਆਪਾਂ ਪੂਰੀ ਜਾਣਕਾਰੀ ਲਵਾਂਗਾ, ਵੀਰ ਗੁਰਲਾਲ ਆਪਣੇ ਨਾਲ ਹੋਊਗਾ ਦੋਸਤੋ, ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ। ਅਤੇ ਕਲਸੀਆਂ ਵਾਂ ਪਿੰਡ ਬਿਲਕੁਲ ਨਜ਼ਦੀਕ ਆ ਦੋਸਤੋ, ਡਲੀਰੀ ਪਿੰਡ ਵੀ ਬਿਲਕੁਲ ਲਾਗੇ ਆ, ਖਲੜੇ ਪਿੰਡ ਦੀ ਵੀ ਥੋੜ੍ਹੀ ਦੂਰੀ ਆ, ਅਤੇ ਖਾਸ ਵਿਜ਼ਿਟ ਤੁਸੀਂ ਪਿੰਡ ਡੱਲ ਕਰਨੀ ਆ। ਤਰੀਕ ਤੁਸੀਂ ਨੋਟ ਕਰ ਸਕਦੇ ਜੇ ਦੋਸਤੋ, ਅੱਜ 24 ਜਨਵਰੀ ਨੂੰ ਆਪਾਂ ਇਹ ਕਵਰੇਜ ਕਰਦੇ ਹਾਂ। ਸਮਾਂ ਕੋਈ ਸ਼ਾਮ ਦੇ 4:30-5 ਕੁ ਵਜੇ ਦਾ ਸਮਾਂ, ਮੋਰਨਿੰਗ 25 ਜਨਵਰੀ ਨੂੰ ਸੁਬਹਾ 6 ਵਜੇ ਵੀਡੀਓ ਨੂੰ ਅਪਲੋਡ ਕਰ ਦਿਆਂਗੇ। ਸੋ ਐਨੀਮਲ ਜਿੰਨੇ ਵੀ ਦਿਖਾਉਣੇ ਆ ਦੋਸਤੋ, ਸਾਰੇ ਸੂਏ ਸਵਾਏ ਆ, ਨਾਲ ਬੱਚੇ ਆ, ਰੇਟ ਦੁੱਧ ਥੱਲੇ ਕਿੰਨਾ ਹਾਜ਼ਰ ਆ, ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ। ਸੋ ਵੀਡੀਓ ਦੇ ਨਾਲ ਐਂਡ ਤੱਕ ਜ਼ਰੂਰ ਜੁੜੇ ਰਹੋ, ਤਾਂ ਜੋ ਪੂਰੀ ਇਨਫੋਰਮੇਸ਼ਨ ਆ ਉਹ ਮਿਲ ਸਕੇ। ਆਓ ਕਰਦੇ ਹਾਂ ਗੱਲਬਾਤ। ਸਭ ਤੋਂ ਪਹਿਲਾਂ ਵੀਰ ਗੁਰਲਾਲ ਸਿੰਘ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਸੁਣਾਓ, ਠੀਕ ਠਾਕ ਜੀ? ਵਧੀਆ ਵਧੀਆ, ਚੜ੍ਹਦੀ ਕਲਾ, ਤੁਸੀਂ ਸੁਣਾਓ? ਬੜੇ ਵਧੀਆ, ਚੰਗੇ। ਹਾਂਜੀ ਵਧੀਆ, ਠੀਕ ਹੈ ਠੀਕ ਹੈ। ਹੋਰ ਕਿਵੇਂ ਕੰਮ ਕਰ ਵੀਰ ਗੁਰਲਾਲ ਸਿੰਘ? ਵਧੀਆ ਵਧੀਆ ਚੱਲੀ ਜਾਂਦੇ ਵੀਰ ਜੀ, ਇਸ ਤਰ੍ਹਾਂ ਹੀ ਰੋਜ਼ ਦੇ ਰੋਜ਼ ਪਸ਼ੂ ਤੁਰੇ ਆਉਂਦੇ ਆ, ਅਤੇ ਨਾਲ ਨਾਲ ਸੇਲ ਹੁੰਦੇ ਜਾਂਦੇ ਆ। ਹੁੰਦੇ ਜਾਂਦੇ ਆ ਸੇਲ? ਹਾਂਜੀ, ਅਤੇ ਠੀਕ ਆ। ਮੱਝਾਂ ਜ਼ਿਆਦੀਆਂ ਆਉਂਦੀਆਂ, ਵਹਿੜਾ ਵੂੜਾ ਘੱਟ ਹੀ ਆਪਾਂ ਵੈਸੇ, ਹਨਾ? ਵਹਿੜਾ ਵੀਰ ਜੀ ਘੱਟ ਹੀ ਲਿਆਈ ਦੀਆਂ, ਮੰਨ ਲਓ ਇੱਕ ਹੁਣ ਉੱਧਰ ਆਪਾਂ ਪਾਈ ਵੀਡੀਓ, ਹਾਂਜੀ, ਉਹਦੇ ਵਿੱਚ ਪਾਈ ਵਹਿੜ ਆਪਾਂ 4 ਝੋਟੀਆਂ ਮੱਝਾਂ ਸੀ, ਹਾਂਜੀ ਹਾਂਜੀ, ਅਤੇ ਇੱਕ ਨਾਲ ਵਹਿੜ ਸੀ, ਹਾਂਜੀ, ਅਤੇ ਵਹਿੜਾਂ ਦੀ ਨੌਲੇਜ ਵੀ ਵੈਸੇ ਆਪਾਂ ਨੂੰ ਘੱਟ ਹੀ ਤੁਹਾਨੂੰ ਦੱਸਿਆ ਸੀ। ਜ਼ਿਆਦਾ ਮੱਝਾਂ ਦੇ ਸ਼ੁਰੂ ਤੋਂ ਮੱਝਾਂ ਦੇ ਕੰਮ ਜ਼ਿਆਦਾ ਕਰਦੇ ਆ ਰਹੇ, ਉਹ ਆਪਾਂ 40,000 ਰੁਪਏ ਮੁੱਲ ਪਾਇਆ, ਅਤੇ 40,000 ਦੀ ਹਾਂ ਨਾ ਕੀਤੀ ਵੈੜ, ਅਤੇ ਆਪਣਾ ਲੁਧਿਆਣੇ ਦੇ ਵੀਰਾਂ ਲਈ ਸੀ ਵੈੜ, ਅਤੇ ਉਹਨਾਂ ਲੈਣ ਆਉਣਾ ਸੀ, ਅਤੇ ਰਾਤ ਮੁੜ ਕੇ ਉਹਨੇ ਸੂਈ ਜਦੋਂ ਪਿੱਛਾ ਕੱਢਤਾ ਸਾਰੇ ਬਾਹਰ, ਅੱਛਾ ਅੱਛਾ ਅੱਛਾ, ਅਤੇ ਤੜਕੇ ਵੈੜ ਗਈ ਮਾਰੋ, ਮਾੜਾ ਹੋਇਆ ਸੀਗਾ ਜੀ। ਹਾਂ, ਆਪਾਂ ਇਤਰਾਸ ਦਿੰਦੇ ਜਾ ਕੇ ਵੀ ਵਪਾਰੀ ਦਾ ਡੰਗਰ 1-2 ਕਿਲੋ ਦੁੱਧ ਘੱਟ ਗਿਆ, ਤੇ ਭਾਜੀ ਬਣ ਜਾਂਦੀ ਸਾਰੇ ਜੀਆਂ ਦੀ, ਤੇ ਆਪਾਂ ਨੂੰ ਕਈ ਰਕਮਾਂ ਪੈ ਜਾਂਦੀਆਂ, ਦਿਲ ਤੇ ਨੀ ਲਾਈ ਜੀ, ਸਾਰਾ ਪਸ਼ੂ ਹੀ ਕਈ ਰਕਮ ਬਿਲਕੁਲ ਡੁੱਬ ਗਿਆ। ਮੰਨ ਲਓ 40,000 ਦਾ ਚੜ੍ਹ ਹੀ ਗਿਆ ਨਾ, ਹਾਂ, ਤੇ ਇਹਨਾਂ ਚੋਂ ਕਿੰਨੀਆਂ ਆਉਣਗੀਆਂ, ਤੇ ਫਿਰ 40 ਪੂਰਾ ਹੋਣਾ, ਘਾਟੇ ਵਾਧੇ ਇਹਨਾਂ ਨਾਲ ਹੀ ਆ, ਕਰਮਾਲੀਆਂ ਨਾਲ ਹੀ ਆ, ਜਿੰਨਾਂ ਤੋਂ ਲਿਆਂਦੀ ਆ ਆਪਾਂ ਉਹਨਾਂ ਨੂੰ ਇੱਕ ਨਹੀਂ ਦੱਸਿਆ ਵੀ ਗਾਂ ਤੁਹਾਡੀ ਮਰ ਗਈ ਆ, ਉਹਦੇ ਮੁਨਾਫਾ ਦੇ ਗਈ, ਇਹ ਵਧੀਆ ਦੇ ਗਈ ਆ। ਹਾਂ ਬਿਲਕੁਲ ਜੀ ਬਿਲਕੁਲ, ਸੋਨਾਂ ਨਾਲ ਕਸਰਾਂ ਕੱਢ ਗਈ ਆ, ਬਸ ਬਸ, ਚਲੋ ਮਾਲਕ ਸੁੱਖ ਰੱਖੇ ਸਾਰੇ ਪਸ਼ੂ ਜਿਹੜੇ ਆ ਵੀਰ ਗੁਰਲਾਲ ਸਿੰਘ, ਤੰਦਰੁਸਤ ਰਹਿਣ। ਮਾਣਾ ਵੀਰ ਜੀ, ਆਪਾਂ ਇਹੋ ਗੱਲ ਹੀ ਆਨੇ ਹਰ ਭੈਣ ਭਰਾ ਨੂੰ ਵੀ ਇੱਥੇ ਆਓ, ਆਪਦੀ ਤਸੱਲੀ ਕਰਕੇ ਡੰਗਰ ਖੜੋ, ਜਿਹੜਾ ਬਾਅਦ ਚੋਂ ਕਿਸੇ ਨੂੰ ਲਾਮਾ ਦੇਣਾ ਉਹ ਮਾੜਾ ਹੈ। ਬਿਲਕੁਲ, ਮੰਨ ਲਓ ਇਹ ਵੀ ਤੁਹਾਡੇ ਘਰਾਂ ਚੋਂ ਆਈਆਂ, ਆਪਾਂ ਕਿਹੜੀਆਂ ਵੀ ਕਿਤੇ ਅੰਦਰ ਵਧੀਆਂ, ਰੋਜ਼ ਰੋਜ਼ 2-1 ਕੱਢ ਕੇ ਵੇਚੀ ਜਾਂਦੇ ਹਾਂ, ਇਤਰਾ ਹੀ ਲਿਆਉਂਦੇ ਆਪਾਂ ਪਿੰਡਾਂ 'ਚ, ਇਹ ਤਾਂ ਕੁਦਰਤ ਦੀਆਂ ਬਣਾਈਆਂ ਨੇ। ਹਾਂਜੀ, ਤੇ ਕੋਈ ਕਮੀਆਂ ਪੇਸ਼ੀਆਂ ਦੋਸਤੋ ਪਸ਼ੂਆਂ ਦੇ ਵਿੱਚ ਹੁੰਦੀਆਂ ਮਾੜਾ ਮੋੜ ਤੇ ਉਨੀ ਕੀ ਵਧੀਕੀ ਹੁੰਦੀ ਆ। ਪਰ ਵੀਰ ਜੀ, ਉਹ 6 ਦਿਨ ਵੈੜ ਆਪਣੇ ਘਰ ਰਹੀ ਆ, 7ਵੇਂ ਦਿਨ ਜਦੋਂ ਰਾਤ ਸੋਈ ਆ, ਪਹਿਲਾਂ 1 ਦਿਨ ਵੀ ਉਹਨੇ ਕਦੇ ਮੁੰਗਰਾ ਨਹੀਂ ਵਿਖਾਇਆ, ਤੇ ਜਦੋਂ ਰਾਤ ਸੋਈ ਉਹਨੇ ਬੱਚੇ ਦਾ ਨਹੀਂ ਬਾਹਰ ਕੱਢਤੀ, ਉੱਥੇ ਅਸੀਂ ਕੀ ਕਰਾਂਗੇ ਕੀ ਕਰਾਂਗੇ। ਹਾਂ ਨਹੀਂ, ਕਿਹੜਾ ਉੱਥੋਂ ਗੇਮ ਨਿਕਲ ਜਾਂਦੀ ਆ, ਖੇਡ ਵਿਗੜ ਜਾਂਦੀ ਕਈ ਨਾ। ਚਲੋ ਫਿਲਹਾਲ ਬਾਕੀ ਦੋਸਤੋ ਚੰਗੇ ਦੀ ਉਮੀਦ ਕਰਦੇ ਹਾਂ, ਵਾਹਿਗੁਰੂ ਸੁੱਖ ਰੱਖੇ ਸੱਚੇ ਪਾਤਸ਼ਾਹ, ਵੀ ਜਿਹੜੇ ਪਸ਼ੂ ਆ ਬੇਜ਼ਬਾਨ ਨੇ ਬਿਲਕੁਲ ਤੰਦਰੁਸਤ ਰਹਿਣ। ਅਤੇ ਬਾਕੀ ਮੇਰਾ ਵੀਰ, ਹਰ ਵਾਰੀ ਆਪਾਂ ਕਹਿੰਦੇ ਵੀ ਇੱਥੇ ਆਣ ਕੇ ਆਪਣੀ ਤਸੱਲੀ ਕਰੋ, ਸਾਹਾਂ ਵਾਲੀ ਚੀਜ਼ ਹਵਾ ਭਰੇ ਖੱਲਰ ਆ ਦੋਸਤੋ, ਤਸੱਲੀ ਕਰਕੇ ਕੋਈ ਮੇਰਾ ਵੀਰ ਆਪਣੀ ਜ਼ਿੰਮੇਵਾਰੀ ਅਤੇ ਆਪਣੀ ਗਰੰਟੀ ਤਸੱਲੀ 'ਤੇ ਆ, ਪਸ਼ੂ ਲੈ ਜਾਇਆ ਕਰੋ। ਗੁਰਲਾਲ ਅੱਜ 3 ਮੱਝਾਂ ਆਪਣੇ ਕੋਲ ਵਿਕਾਊਗਾ, 3 ਸੂਈਆਂ ਨੇ। ਹਾਂਜੀ ਵੀਰ ਜੀ, 3 ਮੱਝਾਂ ਝੋਟੀਆਂ, 3 ਸੂਈਆਂ ਸਵਾਈਆਂ ਆਪਣੇ ਕੋਲ, ਠੀਕ ਆ। ਆਪਾਂ ਲੈਣ ਸਿਰ ਹੀ ਵਧੀਆਂ, ਪਹਿਲੇ ਨੰਬਰ 'ਤੇ ਆ ਜਿਹੜੀ ਪਹਿਲੇ ਲੈਣੇ ਆ, ਦੂਜੇ ਦੇ ਦੂਜੇ ਸੂਏ, ਤੀਜੇ ਦੇ ਤੀਜੇ ਦੇ, ਲਓ ਵੀ ਸਟੈਪ ਬਾਏ ਸਟੈਪ ਦੋਸਤੋ ਇਸੇ ਤਰ੍ਹਾਂ ਹੀ ਵੀਰ ਨੇ ਬੰਨੀਆਂ ਹੋਈਆਂ ਨੇ, ਪਹਿਲਣ ਦੂਜਣ ਅਤੇ ਤੀਜੇ ਸੂਏ। ਆਓ ਕਰਦੇ ਹਾਂ ਸ਼ੁਰੂਆਤ ਪਹਿਲੇ ਨੰਬਰ ਤੋਂ, ਬੁਰੀ ਬੁਰੀ ਝੋਟੀ ਵੀਰ ਜੀ, ਇਹਨੂੰ 4-5 ਦਿਨ ਹੋ ਗਏ ਜੇ ਸੂਈ ਨੂੰ, 9 ਲੀਟਰ ਦੁੱਧ ਇਹਦੇ ਥੱਲੇ ਜਿਹੜਾ ਹੁਣ ਹਾਜ਼ਰ ਆ, ਤਿਆਰ ਦੋ ਟਾਈਮਾਂ ਜਿਹੜਾ ਕਿਸੇ ਵੀਰ ਭਰਾ ਨੇ ਚੋ ਲੈਣਾ ਆ ਗਏ।
ਚਵਾਈ ਚਵਾਈ ਇੱਕ ਨੰਬਰ ਦੀ ਕਿਸੇ ਥਾਂ 'ਚ ਕੋਈ ਭੂਰ ਛਿੱਟਾ ਨਹੀਂ, ਕੋਈ ਥਾਣ ਵੱਧ ਘੱਟ ਨਹੀਂ, ਇੱਧਰ ਦੇਖੋ ਠੰਡੀ ਸੀਲ ਆ। ਠੀਕ ਆ ਜੀ, ਇੱਧਰ ਦੇਖੋ, ਲਓ ਜੀ। ਨਹੀਂ ਇਸ ਤਰ੍ਹਾਂ ਪਹਿਲੇ ਸੂਏ ਜਿਹੜੀ ਪਸ਼ੂ ਹੁੰਦਾ ਇੱਧਰ ਹੱਥ ਨਹੀਂ ਲਾਉਣ ਦਿੰਦਾ, ਮੈਂ ਨਾ ਵੀ ਕੋਲੇ ਖੜਨ ਨਹੀਂ ਦਿੰਦਾ ਗੁਰਲਾਲ ਸਿੰਘ, ਜਿੰਨਾ ਕੇ ਕਰਮਾਂ ਲਈ ਵੇਖੋ ਠੰਡੀ ਧੀਰੀ ਆ, ਮਿੱਠੀ ਮੁੱਠੀ ਪੂਰੀ ਆ। ਤੇ ਅੱਜ ਦਿਨ ਕਿੰਨੇ ਕੁ ਹੋ ਗਏ ਸੂਈ ਨੂੰ? ਦਿਨ ਵੀਰ ਜੀ ਇਹਨੂੰ ਅੱਜ 4-5 ਦਿਨ ਹੋ ਗਏ ਸੂਈ ਨੂੰ, 4-5 ਦਿਨਾਂ ਦੀ ਸੂਈ ਆ। ਤੇ ਬੱਚਾ ਮਗਰ ਦੇ, ਬੱਚਾ ਦੇ ਮਗਰ ਕੱਟਾ ਜਿਹਾ ਵੇਖੋ ਆਪਾਂ, ਲਓ ਜੀ ਮਗਰ ਕੱਟਾ, ਕੱਟਾ ਵੀ ਬੁਰਾ ਹੀ ਆ ਗਿਆ ਹੈ, ਕੱਟਾ ਬੁਰਾ ਹੀ ਆ ਗਿਆ। ਠੰਡ ਤੋਂ ਬੱਚੇ ਇੱਥੇ ਵੱਧੇ ਨਾ, ਬੱਚੇ ਪੂਰੇ ਨਹੀਂ, ਬਿਲਕੁਲ ਨਹੀਂ, ਪਈਆਂ ਰਹਿੰਦੇ ਬੋਰੀਆਂ ਜੀ, ਬੋਰੀ ਲੱਗੋ ਨਹੀਂ ਪਈ ਰਹਿੰਦੇ ਠੰਡ। ਆ ਜਾ ਬੱਚਾ ਬਿਲਕੁਲ, ਲਓ ਦੋਸਤੋ ਆਹ ਬੱਚਾ ਜੀ, ਅੱਜ 5ਵਾਂ ਦਿਨ ਹੋ ਗਿਆ ਜੇ ਸੂਈ ਨੂੰ, ਸਟਾਰਟਿੰਗ ਹੀ ਝੋਟੀ ਚੰਗੀ ਦੁੱਧ ਵੱਲੋਂ। ਠੀਕ ਹੈ ਜੀ, ਆਹ ਲਓ। ਹਾਂਜੀ, ਸੋ ਬੁਰਾ ਕੱਟਾ ਤੇ 5ਵੇਂ ਦਿਨ ਦੇ ਵਿੱਚ ਆ, ਤੇ 9 ਕਿਲੋਲੀਟਰ ਤੋਂ ਜਿਹੜੀ ਸ਼ੁਰੂਆਤ ਕੀਤੀ ਆ ਪੂਰੀ ਨਿਗਰ ਆ, ਵੇਖੋ ਰਾਜੀ ਆ, ਲਓ ਪੇਤਲੀ ਜੀ ਦੇਖੋ, ਲਓ ਜੀ ਕੋਈ ਚੱਕਰ ਹੀ ਨਹੀਂ ਆ। ਥਾਣ ਥੋਣ ਬਹੁਤ ਵਧੀਆ ਬਣਾਉਂਦੀ ਪਸਮ ਕੇ, ਮੂੰਹ ਦਿਖਾਓ ਮਾੜਾ ਜਿਹਾ ਗੁਰਲਾਲ, ਆਪਾਂ ਖੋਲ ਕੇ ਤੋਰ ਕੇ ਵਿਖਾ ਦਿੰਦੇ ਜਾਣੂ। ਸੋ ਫੇਸ ਕੁਆਲਿਟੀ ਵੀ ਚੰਗੀ ਆ ਦੋਸਤੋ, ਸਿੰਗ ਮਾਮੂਲੀ ਦਰਮਿਆਨਾ, ਥੋੜ੍ਹਾ ਜਿਹਾ ਖੁੱਲੇਪਣ ਦੇ ਵਿੱਚ ਆ, ਪਰ ਝੋਟੀ ਚੰਗੀ ਆ। ਤੇ ਬਾਕੀ ਵਜਨ ਵੁਜਨ ਦੇ ਨਾਲ, ਕੱਦ ਦੇ ਨਾਲ ਵੀ ਪੂਰਾ ਜੱਜਦਾ ਸਿੰਗ ਆ, ਆਹ ਕਰੋ ਚੈੱਕ, ਰਾਜੀ ਪੂਰੀ ਵੇਖੋ, ਹਾਂ ਚੰਗੀ ਹੈ ਚੰਗੀ, ਬਹੁਤ ਖੂਬਸੂਰਤ ਝੋਟੀ ਆ। ਠੀਕ ਆ ਜੀ, ਗੋਲਡਨ ਬੂਰੀ ਆ। ਅਤੇ ਥਾਣ ਵੀ ਜਿਹੜਾ ਦੋਸਤੋ ਬਿਲਕੁਲ ਨੋਕ ਵਾਲਾ ਥਾਣ, ਆਪਾਂ ਕਹਿ ਦਿੰਦੇ ਵੀ ਨੋਕ ਵਾਲਾ ਥਾਣ, ਕਲਮੀ ਥਾਣ, ਆਹ ਕਰੋ ਚੈੱਕ, ਪੂਰੀ ਰਾਜੀ ਵੇਖੋ ਨਿਗਰ ਆ। ਆਪਾਂ ਵੀਰ ਜੀ ਹੁਣ ਵੇਖੋ ਆਪਦੀ ਵੱਲੋਂ ਪਸ਼ੂ ਚੰਗਾ ਕਰਕੇ ਲਿਆਈਦਾ। ਹਾਂ ਬਿਲਕੁਲ ਜੀ ਬਿਲਕੁਲ, ਆਹ ਦੇਖੋ ਹੁਣ ਇਹ ਸੂਈ ਸਵਾਈ ਆ, 9 ਲੀਟਰ ਦੁੱਧ ਦੇ ਥੱਲੇ ਤਿਆਰ ਆ। ਜੇ ਕੋਈ ਵੀਰ ਭਰਾ ਆਉਂਦਾ ਆਪਦੀ ਚੋ ਕੇ ਖੜੇ, ਜੇ ਕਿਸੇ ਨੇ ਆਨਲਾਈਨ ਮੰਗਾਉਣੀ ਫਿਰ 8 ਕਿਲੋ ਦੇ ਭੇਜਾਂਗੇ ਆਪਾਂ। ਬੱਚਾ ਇੱਕ ਵਾਰੀ ਫਿਰ ਤੋਂ ਖਾ ਦਿਓ, ਇੱਧਰ ਦੇਖੋ ਬੱਚਾ ਪੂਰਾ ਕਾਇਮ ਜੇ, ਨਹੀਂ ਤੰਦਰੁਸਤ ਐਕਟਿਵ ਬੱਚਾ ਪੂਰਾ। ਹਾਂ ਸੋ ਬੱਚਾ ਵੀ ਦੋਸਤੋ ਤੰਦਰੁਸਤ ਆ ਪੂਰਾ, ਐਕਟਿਵ ਬੱਚਾ, ਤੇ ਝੋਟੀ ਆਪ ਵੀ ਚੰਗੀ ਆ, ਜਿੱਥੇ ਮਰਜ਼ੀ ਖਿਲਾਰ ਕੇ ਬੈਠੇ, ਗਰਮ ਵਾਲੀ ਜਿੰਨੇ ਵੀ ਆ, ਬਿਲਕੁਲ ਪਿੰਡੇ ਪੁੰਡੇ ਦੀ ਨਿੱਗਰ ਆ, ਪਤਲੀ ਪਿੰਡੇ ਦੀ ਆ, ਬਿਲਕੁਲ ਚਮੜੀ, ਬਿਲਕੁਲ ਐਂਡ ਸਕਿਨ ਪਤਲੀ। ਠੀਕ ਆ ਜੀ। ਅੱਛਾ ਗੁਰਲਾਲ ਕਿੰਨੀ ਕੀਮਤ ਇਹਦੀ? ਕੀਮਤ ਵੀਰ ਜੀ ਬਾਹਰ ਦੇ ਬਾਜ਼ਾਰ ਦੇ ਹਿਸਾਬ ਨਾਲ ਭਾਵੇਂ 80 ਕਰੀ ਜਾਈਏ ਭਾਵੇਂ 85 ਕਰੀ ਜਾਈਏ, ਆਪਣਾ ਮੁੱਲ ਇਹਦਾ ਹੈਗਾ ਜੀ 75,000 ਰੁਪਇਆ। ਅੱਛਾ ਜੀ, ਜਿਹੜੀ ਹਾਂ ਦੇ ਨਾ ਝੋਟੀ ਆਪਾਂ ਦੇਣੀ 70,000 ਦੀ ਪੂਰੇ ਦੇ ਦਾਂਗੇ। 70 ਦੀ? ਹਾਂਜੀ ਹਾਂ ਨਾ ਜੀ, ਲਓ ਜੀ ਹਾਂ ਨਾ ਜਿਹੜੀ 70,000 ਆ, ਪੱਧਰ ਲੇਵਾ ਜੀ। ਠੀਕ ਆ ਜੀ, ਸੋ 70,000 ਦੇ ਵਿੱਚ ਇਹ ਤੁਹਾਨੂੰ ਮਿਲ ਜੂਗੀ ਦੋਸਤੋ, ਮਗਰ ਕੱਟਾ, ਮੇਲ ਕਾਫ ਆ, ਝੋਟੀ ਪਹਿਲਾਂ ਸੁਬਹ ਸੋਈ ਆ, ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਮਿਲ ਹੀ ਗਈ ਆ। ਠੀਕ ਆ, ਸੋ ਕੋਈ ਵੀਰ ਆ ਕੇ ਜੋ ਕੇ ਤਸੱਲੀ ਕਰ ਸਕਦਾ, ਔਨਲਾਈਨ ਮੰਗਾਉਂਦੇ ਵੀਡੀਓ ਕਾਲ 'ਤੇ ਆਪਦੀ ਤਸੱਲੀ ਕਰ ਸਕਦੇ ਜੀ। ਮੈਣਾ ਵੀਰ ਜੀ ਜਿਹੜੀ ਗੱਲ ਦੱਸਾਂਗੇ ਉਹ ਨਿਕਲੂਗੀ, ਜੇ ਕੋਈ ਵੀਰ ਭਰਾ ਔਨਲਾਈਨ ਮੰਗਾਉਂਦਾ ਨਾ, 8 ਕਿਲੋ ਦੁੱਧ ਦੀ ਗਰੰਟੀ ਹੋਊਗੀ, ਕੋਈ ਇਹ ਥਾਂ 'ਚ ਭੂਰ ਛਿੱਟਾ ਹੋਵੇ, ਕੋਈ ਥਾਣ ਵੱਧ ਘੱਟ ਹੋਵੇ, ਇਸ ਚੀਜ਼ ਦੀ ਜ਼ਿੰਮੇਵਾਰੀ ਹੋਊਗੀ। ਅਤੇ ਪਹਿਲੀ ਗੱਲ ਆਪਾਂ ਨੇ ਵੀ ਆਪਦੀ ਆ ਕੇ ਤਸੱਲੀ ਕਰਕੇ ਖੜੋ। ਬਿਲਕੁਲ, ਮੰਨ ਲਓ ਠਾਂਡਿਆ ਜਾ ਕੇ ਕਿਲੋ, ਅੱਧਾ ਕਿਲੋ ਪਸ਼ੂ ਜਾ ਕੇ ਦੁੱਧ ਘੱਟ ਦਿੰਦਾ, ਇਹ ਨਹੀਂ ਵੀ ਆਪਾਂ 9 ਦੱਸਿਆ ਹੈ ਇਹ ਜਾ ਕੇ 2 ਟਾਈਮਾਂ ਦਾ 4 ਕਿਲੋ ਦਊਗੀ, ਇਹੋ ਵੀ ਗੱਲ ਨਹੀਂ ਨਿਕਲਦੀ। ਹਾਂਜੀ ਬਿਲਕੁਲ, ਜੇ 9 ਆ ਤਾਂ 9 ਹੀ ਦਊਗੀ ਜਾ ਕੇ। ਸਹੀ ਆ, ਸਹੀ, ਇੱਧਰ ਵੇਖੋ, ਚੰਗਾ ਤੇ ਹੱਥੀ ਚਵਾਈ ਦਾ ਥਾਣ ਆ, ਚਵਾਪ ਸਮਾਂ ਚੰਗਾ ਪੋਲਾ, ਚਵਾਪ ਸਮਾਂ ਵੀ ਜੀ 1 ਨੰਬਰ ਆ, ਕਿਸੇ ਦੇ ਭੂਰ ਛਿੱਟਾ ਹੋਵੇ ਤਿੰਨਾ ਮੱਝਾਂ 'ਚ ਆਪਾਂ ਜੁੰਮਿਆ ਰਿਹਾ। ਠੀਕ, ਜਿਹੜੀ ਗੱਲ ਦੱਸਾਂਗੇ ਉਹ ਸੂਆ ਦੂਜਾ ਦੱਸਦਾ ਜੀ, ਸੂਆ ਦੂਜਾ ਜੀ ਅਤੇ ਬੋਲਾ ਦੇ ਥੱਲੇ 7 ਲੀਟਰ ਹੋਣਾ ਹਾਜ਼ਰ ਜੀ, 7 ਲੀਟਰ ਜਿਹੜਾ 2 ਟਾਈਮਾਂ ਦਾ ਚੋ ਲੈਣਾ। ਠੀਕ ਆ ਜੀ, ਹਾਂਜੀ, ਲਓ ਜੀ 7 ਲੀਟਰ ਬੋਲਾ ਦੋਸਤੋ, ਬਾਕੀ ਆਹ ਮੂੰਹ ਮੱਥੇ ਤੋਂ ਤੁਸੀਂ ਇੱਕ ਵਾਰੀ ਚੈੱਕ ਕਰੋ। ਠੀਕ ਆ,
ਤੇ ਲਿਆਓ ਗੁਰਲਾਲ ਭਾਈ ਖੋਲਦ ਗਏ ਨੂੰ ਵੀ ਦੁੱਧ 9-10 ਲੀਟਰ ਦੇਈ ਜਾਊਗੀ ਨਾ ਉਹਨਾਂ ਦੀ। ਠੀਕ ਹੈ ਜੀ, ਸ਼ਾਮ ਚੰਗੀ ਦੇ ਆ ਮਗਰ ਕਟਾ ਮੇਲ ਕਾਫ ਆ। ਤੀਜਾ ਦਿਨ ਦਾ ਹੋ ਗਿਆ ਇਸ ਮੱਝ ਨੂੰ ਸੂਈ ਨੂੰ, ਤੀਜੇ ਦਿਨ ਦੇ ਵਿੱਚ ਆ 3 ਦਿਨਾਂ ਦਾ ਬੱਚਾ ਤੁਸੀਂ ਵੇਖ ਸਾਹਮਣੇ ਵੇਖ ਸਕਦੇ ਕਟਾ ਮਗਰ ਜਿਹਦੇ ਵੀ। ਠੀਕ ਆ, ਅਤੇ ਮੀਡੀਅਮ ਸਾਈਜ਼ ਵਿੱਚ ਦੋਸਤੋ ਇਹ ਮੱਝ ਆ। ਝੋਟੀ ਵੀ ਕੋਈ ਵੀਰ ਮੰਨ ਸਕਦਾ, ਦੂਜਾ ਸੂਆ ਵੀਰ ਨੇ ਕਿਹਾ ਵੀ ਕੋਈ ਝੋਟੀ ਮੰਨ ਸਕਦਾ, ਕੋਈ ਮੱਝ ਮੰਨ ਸਕਦਾ। ਮੀਡੀਅਮ ਹਾਈਟ ਆ, ਥਣ ਚੱਡਾ ਵਿਖਾਲਾ ਫੂਲ ਆ, ਕਾਫੀ ਸੋਹਣਾ। ਆ ਦੇਖੋ ਲੇਵਾ ਵੀਰ ਜੀ, ਇਹਨੂੰ 12 ਕਿਲੋ ਵਾਲੀ ਮੈਂ ਲੱਗਾ ਏ, ਘਰ ਦੇ ਹਿਸਾਬ ਨਾਲ ਲੇਵਾ ਜ਼ਿਆਦਾ ਇਹਦਾ। ਇੱਕ ਨਾ ਪਸ਼ੂ ਡਰਦੇ ਆ, ਮੰਨ ਲਓ ਘਰਾਂ 'ਚੋਂ ਮਾਲ ਆਉਂਦਾ ਆਪਣਾ ਸਾਰਾ, ਪਹਿਲੀ ਵਾਰੀ ਪਸ਼ੂ ਨਿਕਲੇ ਹੁੰਦੇ ਵਪਾਰ ਲੈਣ 'ਚ ਪਹਿਲੀ ਵਾਰੀ ਆਇਆ। ਵੇਖ ਲਓ ਤਿੰਨੇ ਮੱਝਾਂ ਪੱਜੀਆਂ, ਤਿੰਨਾਂ ਦੇ ਸਿੰਗਲ ਪੈ ਜੇ ਗਾੜੀ। ਉੱਪਰੀ ਥਾਂ ਦੇ ਡੰਗਰ ਕਰ ਜਾਂਦਾ ਇੱਕ ਦੋ ਦਿਨ। ਲੈ ਵੀ ਜਿਹੜਾ ਆਪਾਂ ਪਹਿਲੇ ਨੰਬਰ 'ਤੇ ਵਿਖਾਈ ਆ ਮੱਝ, ਉਹਦਾ ਵੀ ਕੱਦ ਮੰਨ ਲਓ ਆਮ ਮੱਝਾਂ ਨੂੰ ਉੱਚਾ ਦੇ, ਉਹਦਾ ਦੂਜੀ ਦਾ ਵੀ, ਇਹਦਾ ਕੱਦ ਮੀਡੀਅਮ। ਜੇ ਮੰਨ ਲਓ ਕੋਈ ਵੀਰ ਭਰਾ ਇੱਥੇ ਆਣ ਕੇ ਮੁਣ ਕੇ ਆਉਂਦਾ ਹੈ ਵੀ ਯਾਰ ਇਹਦਾ ਕੱਦ ਛੋਟਾ ਨਿਕਲਿਆ, ਵੀਡੀਓ 'ਤੇ ਵੱਡੀ ਆਉਂਦੀ ਸੀ, ਪਹਿਲਾਂ ਦੱਸਿਆ ਚੰਗਾ ਹੈ। ਲਓ ਵੀ ਸੋ ਹਾਈਟ ਦੋਸਤੋ, ਪਹਿਲਾਂ ਹੀ ਮੈਂ ਦੂਰੀ ਤੋਂ ਥੋੜ੍ਹਾ ਦਿਖਾ ਦਿੰਦਾ ਹੁੰਦਾ ਵੀ ਜੂਮ ਲਾ, ਆਪਾਂ ਜੂਮ ਲਾ ਕੇ ਘੱਟ ਦਿਖਾਈਦਾ, ਵੈਸੇ ਥੋੜ੍ਹਾ ਦੂਰੀ ਤੋਂ ਵੀ ਤੁਹਾਨੂੰ ਦਿਖਾ ਦਿੰਦੇ ਹਾਂ। ਜੱਜਮੈਂਟ ਕਰ ਲਿਆ ਕਰੋ, ਕੱਦ ਕਾਟ ਤਾਂ ਬਹੁਤੇ ਵੀਰਾਂ ਨੂੰ ਭੁਲੇਖਾ ਲੱਗਦਾ, ਇੱਥੇ ਆਣ ਕੇ ਬਾਅਦ ਵਿੱਚ 100 ਤਰ੍ਹਾਂ ਦਾ ਤਰਾਜ਼ ਜ਼ਾਹਿਰ ਕਰਦੇ ਆ। ਚਾਹੇ ਵੀਰ ਕੋਈ ਮੀਡੀਅਮ ਹਾਈਟ ਮੰਨ ਕੇ ਸੌਦਾ ਕਰ ਲਿਓ, ਠੀਕ ਹੈ ਜੀ, ਮੀਡੀਅਮ ਹਾਈਟ ਮੰਨ ਕੇ। ਬਾਕੀ ਆਹ ਥਣ ਲੇਵਾ, ਬਾਕੀ ਤੁਹਾਨੂੰ ਥਣ ਬਹੁਤ ਪੋਲੀ ਵੀਰ ਜੀ, ਸੋ ਚਵਾਈ ਵੀ ਤੁਹਾਨੂੰ ਦੱਸਦੀ ਹੈ ਵੀ 7 ਕਿਲੋ ਜਿਹੜਾ ਹੁਣ ਬੋਲਾ ਹੈਗਾ, ਠੀਕ ਆ। ਸੋ ਆਹ ਥਣ ਤੁਹਾਨੂੰ ਲੱਗਾ ਇਸ ਝੋਟੀ ਨੂੰ। ਅੱਛਾ ਗੁਰਲਾਲ, ਕੀ ਮੰਗ ਕਰਦੇ ਜੀ ਮੁੱਲ ਵੀਰ ਜੀ? ਭਾਵੇਂ ਇਹਦਾ 70 ਕਰੀ ਜਾਈਏ, ਇਹ ਹਾਂ ਨਾ ਆਪਾਂ 65,000 ਦੀ ਮੱਝ ਦੇ ਦਾਂਗੇ। 65,000 ਦੀ? ਹਾਂਜੀ, ਉਹ 'ਚੋਂ ਮਾਂ ਦਾ ਮੌਕੇ 'ਤੇ ਕਰ ਦਿਆਂਗੇ। ਠੀਕ ਹੈ ਜੀ, ਹਾਂਜੀ। ਲਓ ਦੋਸਤੋ 65,000 ਦੀ ਇਹ ਤੁਹਾਨੂੰ ਜਿਹੜੀ ਮਿਲ ਜੂਗੀ ਮੱਝ, ਅਤੇ ਤਾਜ਼ੇ ਸੂਏ ਸੁਬਾਹ ਇਹ ਬੱਚੇ ਆ, ਬੱਚੇ ਵੀ ਤੁਹਾਨੂੰ ਆਪਾਂ ਨਾਲ ਦੀ ਨਾਲ ਦਿਖਾਈ ਜਾਂਦੇ ਪਏ ਹਾਂ, ਐਕਟਿਵ ਪੂਰੇ ਤੰਦਰੁਸਤ ਬੱਚੇ ਆ ਆਪਣੇ ਘਰ ਵੀਰ ਜੀ, ਤਿੰਨੇ ਕੈਮ ਜੇ, ਜਿਹੜੇ ਇਹਦੇ ਮਰਜ਼ੀ ਕੈਮਰਾ ਮਾਰ ਕੇ ਵਿਖਾ ਦਿਓ। ਮੰਨ ਲਓ ਠੰਡ ਆ ਜਾ ਕੇ, ਹੁਣ ਆਪਾਂ ਕਿਸੇ ਦੇ ਘਰ 'ਤੇ ਜਾ ਕੇ ਸਾਹਮਣੇ ਨਹੀਂ ਗਏ। ਬਸ ਬਸ, ਸੋ ਦੋਸਤੋ ਬਾਕੀ ਕੇਅਰ ਕਰਨੀ ਬਹੁਤ ਲਾਜ਼ਮੀ ਪਸ਼ੂਆਂ ਦੀ, ਬੱਚਿਆਂ ਦੀ। ਆਪਾਂ ਵੀਡੀਓ ਬਣਾਉਂਦਾ ਕਰਕੇ ਬੱਚੇ ਬਾਹਰ ਵੱਧੇ ਆ, ਨਹੀਂ ਤਾਂ ਆਪਾਂ ਪਸ਼ੂ ਸਾਰੇ ਡੰਗਰ ਅੰਦਰ ਹੀ ਰਹਿੰਦੇ ਆ ਠੰਡ ਦਾ ਕਰਕੇ, ਉੱਥੇ ਥੱਲੇ ਹੀ ਸੁੱਕ ਖਿਲਾਰ ਦੇਣੀ ਇਹਨਾਂ ਦੇ, ਨਿੱਘੇ ਹੋ ਕੇ ਬੈਠੇ ਰਹਿਣਗੇ। ਬਿਲਕੁਲ ਬਿਲਕੁਲ, ਹਾਂਜੀ। ਅਤੇ ਇਹ ਤਾਂ ਕਿੰਨਾ ਦੱਸਦਾ ਸੀ? ਇਹ ਵੀ ਜੀ 65,000 ਦੀ ਦੇ ਦਾਂਗੇ, 64,000 ਛੋਟ ਕਰ ਦਾਂਗੇ, 64 ਦੀ ਦੇ ਦਾਂਗੇ। 64,000 ਦੀ? ਹਾਂਜੀ। ਲਓ ਜੀ 64,000 ਦੀ ਦੋਸਤੋ ਇਹ ਤੁਹਾਨੂੰ ਜਿਹੜੀ ਝੋਟੀ ਮਿਲ ਜੂਗੀ, ਬਾਕੀ ਚੰਗੀ ਆ ਕਰਮਾਂ ਲਈ, ਜਿੰਨੀ ਆ ਸਾਫ਼ ਸੁਥਰੀ ਆ, ਥਣ ਚੱਡਾ ਤੁਸੀਂ ਆ ਦੇਖ ਹੀ ਲਿਆ, ਠੀਕ ਆ। ਥਾਂ ਥੋੜ੍ਹਾ ਵਧੀਆ ਬਣਾਉਂਦੀ ਪਸ਼ਮ ਕੇ, ਪੂਰਾ ਥਣ ਚਵਾਈ ਵਾਲਾ ਬੰਦਾ। ਠੀਕ ਹੈ ਜੀ, ਹਾਂਜੀ ਠੀਕ ਆ। ਲਓ ਦੋਸਤੋ ਇੱਕ ਜਿਹੜੀ ਐਂਡ ਦੇ ਵਿੱਚ ਲਾਸਟ ਦੇ ਵਿੱਚ ਆ ਮੱਝ ਤੁਹਾਨੂੰ ਦਿਖਾਉਣੀ ਆ, ਇਹ ਗਰਲਾਲ ਸੂਆ ਕਿਰਮਾ। ਇਹ ਵੀਰ ਜੀ ਤੀਜੇ ਸੂਏ ਸੂਈ ਜੇ, ਤੀਜੇ ਮੋਦੀ ਦਾ ਬੱਚਾ ਹੈ ਜਿਹਦੇ ਮਗਰ। ਮੋਦੀ ਦਾ? ਹਾਂ। ਕਿਹੜੇ ਪ੍ਰਧਾਨ ਮੰਤਰੀ ਦਾ ਕਿ ਦੂਜਾ? ਮੋਦੀ ਮਾਲੀ ਦਾ। ਮੋਦੀ ਮਾਲੀ ਆ, ਵੇਖ ਲਓ ਅੱਜ ਦਹਾਂ ਦਿਨਾਂ ਦਾ ਬੱਚਾ ਜੀ। ਲਓ ਜੀ ਸੋ ਮੋਦੀ ਦਾ ਬੱਚਾ ਦੋਸਤੋ ਤੁਹਾਨੂੰ ਦਿਖਾਉਣੇ ਆ, ਬੱਚਾ 10 ਦਿਨਾਂ ਦਾ ਆ, 10 ਦਿਨਾਂ ਦਾ ਬੱਚਾ ਜਿਹਦੇ। ਲਓ ਜੀ ਆਪਾਂ ਜਿਹੜੇ ਵੀਰ ਤੋਂ ਲਈ ਆ ਨਾ ਮਾਝੇ, ਹਾਂਜੀ, ਅਸੀਂ ਉਹਨੂੰ ਕਰ ਲੈਂਦੇ ਕੱਲ ਹੀ ਮੱਝ ਆਈ ਆਪਣੇ ਕੋਲ ਵੀ ਸੌਦਾ ਕਰ, ਕਹਿੰਦੇ ਵੀ ਵੀਰ ਅੱਜ ਇਹਨੂੰ 10 ਦਿਨ ਹੋ ਗਏ ਸੂਈ ਨੂੰ, ਅਸੀਂ ਨੀ ਜੇ ਮੱਝ ਚੋ ਕੇ ਵੇਖੀ ਇਹੋ ਚੁੰਘਦਾ ਜੇ, ਪਹਿਲਾਂ ਤੁਸੀਂ ਇੱਕ ਚੋ ਗਿਆ ਆਪਦੀ ਤਸੱਲੀ ਕਰ ਲਓ, ਫਿਰ ਸੌਦਾ ਕਰਿਓ। ਲਓ ਜਿੱਦਣ ਦੀ ਮੈਂ ਸੂਈ ਆ ਨਾ ਸਾਰੀ ਇਹਨੂੰ ਹੀ ਉਹਨਾਂ ਚੰਗਾਈ ਆ, ਤੇ ਸਵੇਰੇ ਮੈਂ 2 ਦਿਨ ਛੱਡੇ ਇਹਨੂੰ। ਲਓ ਜੀ ਦੋਸਤੋ ਮਾਲੀ ਬਹੁਤ ਤਕੜਾ ਬਣੂਗਾ, ਜੈੱਡ ਬਲੈਕ ਆ, ਇੱਕ ਵਾਲ ਵੀ ਕੋਈ ਬੱਗਾ ਕਹਿ ਦਈਏ, ਇੱਕ ਵਾਲ ਵੀ ਚਿੱਟਾ ਨਹੀਂ ਹੈਗਾ ਸਾਰੇ ਪਿੰਡੇ ਤੇ। ਆਹ ਦੇਖੋ ਦੋਵੇਂ ਬੱਚੇ ਜਨਾਉਣੇ ਅੱਜ ਹੀ ਵਜਣੇ ਇਹਦਾ, ਠੀਕ ਆ ਜੀ। ਆਹ ਵੇਖ ਲਓ ਜਵਾਨ, ਮੂੰਹ ਵੀ ਵਿਖਾਓ ਮਾੜਾ ਜਿਹਾ, ਦੰਦ ਜੇ ਵਿਖਾਈਏ, ਠੀਕ ਆ। ਬੁੱਟ 'ਚ ਮੈਨੂੰ ਲੱਗਦਾ ਦੰਦ ਹੀ ਬਾਹਰ ਆਉਣ ਲੱਗੇ, ਕਿਉਂਕਿ 10 ਕੁ ਦਿਨਾਂ ਦਾ, ਥੱਲੇ ਠੋਡੀ ਕਰ ਮਾੜਾ ਜਿਹਾ ਲੈ, ਠੀਕ ਆ। ਬੁੱਟਾਂ 'ਚੋਂ ਬਾਹਰ ਨਹੀਂ ਆਏ ਹਜੇ ਦੰਦ ਚੰਗੀ ਤਰ੍ਹਾਂ। ਆਹ ਵੇਖੋ ਜਵਾਨ ਵੀ,
ਠੀਕ ਹੈ, ਬਿਲਕੁਲ ਬਲੈਕ ਜਵਾਨ ਆ ਦੋਸਤੋ, ਅਤੇ ਮੁਰਾ ਦਾ ਜਿਹੜਾ ਦੋਸਤੋ ਇਹ ਕੱਟਾ ਹੈ, ਮਗਰ ਬਹੁਤ ਖੂਬਸੂਰਤ ਕੱਟਾ ਦੋਸਤੋ, ਕੱਦ ਵੇਖੋ ਤੁਸੀਂ ਇੱਕ, ਜਿਵੇਂ ਲੱਗਦਾ ਪੂਰਾ ਪਲਿਆ ਪੋਸਿਆ ਪੂਰਾ, ਕਿਸੇ ਪਾਸਿਓਂ ਵੇਖੋ ਕਰਮ ਵਾਲਾ ਬਹੁਤ ਚੰਗਾ ਰਾਜੀ ਕੱਟਾ, ਇਹਦੇ ਵੀਰਾਂ ਦਾ ਵੀ ਦੁੱਧ ਪੂਰਾ ਪਿਆ ਆ ਮੱਝ ਦਾ, ਅਤੇ ਬਾਕੀ ਜਿਹੜਾ ਅੱਗੇ ਸ਼ੌਂਕ ਨਾਲ ਦੁੱਧ ਪਿਆਊਗਾ ਦੋਸਤੋ, ਇਹ 6 ਮਹੀਨਿਆਂ ਦੇ ਵਿੱਚ ਮੱਝ ਤੋਂ ਉੱਤੇ ਲੰਘ ਜਾਣਾ, 70-80 ਕਿਲੋ ਦਾ ਇਹ ਜੀ, ਉਹਨਾਂ ਦੋਵਾਂ ਦੇ ਵਜਨ ਦਾ ਇਕੱਲਾ ਹੀ, ਬਿਲਕੁਲ ਬਿਲਕੁਲ, ਆ ਮਨਾਲ ਵੀ ਖੜੇ ਹੈਗੇ 5-7 ਦਿਨਾਂ ਦੇ ਬੱਚੇ, ਪਿਓ ਪੁੱਤ ਜਾਪਦੇ ਆ ਤੇ ਉਹ 5 ਦਿਨਾਂ ਦਾ 10 ਦਿਨਾਂ ਦਾ, ਨਹੀਂ ਨਹੀਂ ਵੇਖੋ ਬਹੁਤ ਜ਼ਿਆਦਾ ਫਰਕ ਆ, ਨਸਲ ਬਰੀਡ ਦਾ ਫਰਕ ਆ, ਚੰਗੇ ਮਾਲੀ ਬੁੱਲ ਦੇ ਸੀਮਨ ਦਾ ਬਹੁਤ ਫਰਕ ਆ, ਦੇਖੋ ਅਤੇ ਆ ਲਓ ਜੀ, ਸੋ ਕੱਟੇ ਦੀ ਸਿਫਤ ਦੋਸਤੋ ਕਰਨੀ ਪੈਂਦੀ ਹੈ, ਵੇਖੋ ਬਹੁਤ ਪਲਿਆ ਪੋਸਿਆ ਮਗਰ ਕੱਟਾ ਹੈ, ਅਤੇ ਸ਼ਾਨਦਾਰ ਕੁਆਲਿਟੀ, ਠੀਕ ਹੈ ਜੀ, ਤਿੰਨਾਂ ਬੰਦਿਆਂ ਨੇ ਵੀਰ ਆਉਂਦਾ ਮੱਝ ਸਵਾਈਆਂ ਸੀ, ਜਦੋਂ ਮੱਝ ਸੋਈ ਹੈ। ਅੱਛਾ, ਤੇ ਗੁਰਲਾਲ 10 ਕੁ ਦਿਨ ਹੋ ਗਏ ਇਹਨੂੰ ਫਿਰ, ਇਹਨੂੰ ਵੀਰ ਜੀ ਅੱਜ 10 ਦਿਨ ਹੋ ਗਏ ਜੇ ਸੋਈ ਨੂੰ, 9 ਲੀਟਰ ਦੁੱਧ ਇਸਲੇ ਤਿਆਰ ਜੀ। ਹਾਂ, ਮੈਂ ਕੱਟਾ ਜਿੰਨਾ ਪਲਿਆ ਪੂਰਾ ਮੱਝ ਵੀ ਪੂਰੀ ਖਿੱਚੀ ਗਈ, ਮੱਝ ਠੱਪਦੀ ਹੈ ਕਰੀਏ ਨੇ, ਹੁਣ 2-4 ਦਿਨ ਮੱਝ ਪੱਠੇ ਪੁੱਠੇ ਖਾਊਗੀ, ਸੈੱਟ ਹੋ ਗਏ, ਫਿਰ ਦੁੱਧ ਜ਼ਿਆਦਾ ਨਹੀਂ ਤੇ 11-12 ਕਿਲੋ ਮੈਂ ਕਰ ਜੂਗੀ। ਠੀਕ ਹੈ, ਕੋਈ ਚੰਗੀ ਸੇਵਾ ਵਾਲਾ ਗੁਰੂ ਮਿਲ ਜੇ ਨਾ ਮੱਝ ਨੂੰ, ਵੀ ਮੰਨ ਲਓ ਜਿਸ ਤਰ੍ਹਾਂ ਮੈਂ ਬਰੀਡ ਤੇ ਬੱਚਾ ਵੀ ਬਰੀਡ ਵਾਲਾ, ਮਗਰ ਆਪ ਹੀ ਮੱਝ ਮੋਹਰਾ ਦੀ ਆ, ਚਵਾਈ ਚਵਾਈ ਬਹੁਤ ਚੰਗੀ ਧਾਰ ਪੋਲੀ ਮਾਈ। ਅੱਛਾ, ਦੁੱਧ ਆਪ ਚੋਇਆ 2 ਡੰਗ ਹੁਣ ਆਪਣੇ ਕੋਲ ਕਿੰਨਾ ਹੈ? ਇਸਲੇ 9 ਲੀਟਰ ਤਿਆਰ ਹੈ, ਜੇ ਕਿਸੇ ਵੀਰ ਭਰਾ ਨੇ ਆਨਲਾਈਨ ਮੰਗਾਉਣੀ ਉਹ 8 'ਚ ਭੇਜਾਂਗੇ, ਕੋਈ ਭੂਰ ਛਿੱਟਾ ਹੋਵੇ, ਕੋਈ ਥਾਣ ਵੱਧ ਘੱਟ ਹੋਵੇ, ਆਪਾਂ ਜੁੰਮੇ ਆ ਰਿਹਾ, ਜਿਹੜੀ ਗੱਲ ਦੱਸਾਂਗੇ ਉਹ ਨਿਕਲੂਗੀ ਜਾ ਕੇ। ਆਹ ਵੇਖ ਲਓ ਸਿੰਗਲ ਹੱਡੀ ਦੀ ਮੱਝ ਜੀ, ਲਓ ਜੀ। ਸੋ ਦੋਸਤੋ, ਬਾਕੀ ਸੂਸਵਾ ਦੇ ਵਿੱਚ ਵੀ ਕੋਈ ਵੀਰ ਮੰਨ ਸਕਦਾ, ਬਾਕੀ ਬੱਚਾ ਬਹੁਤ ਪਲਿਆ ਦਿੱਤਾ, ਘੱਟੋ ਘੱਟ ਵੀ ਤੁਸੀਂ ਵੇਖੋ ਅਜੇ ਮੈਲਾ ਮਾਰਨ ਵੱਟੇ ਵਾਲਾ ਪੂਰਾ ਕੱਟਾ ਮਗਰ, ਠੀਕ ਆ, ਅਤੇ ਬਾਕੀ ਅੱਗੇ ਕੋਈ ਚੰਗਾ ਖਰੀਦਦਾਰ ਵੀਰ ਨੂੰ ਟੱਕਰ ਗਿਆ ਦੋਸਤੋ, ਇੱਕ ਸੇਵਾ ਸੰਭਾਲ ਚੰਗੀ ਕਰ ਲਈ ਅਤੇ ਸਾਂਭੀ ਸੁੰਭੀ ਗਈ ਕਰਮਾਂ ਵਾਲੀ, ਦੁੱਧ ਵਧੀਆ ਪਾਈ ਚੱਲੂਗੀ ਹੁਣ 9 ਕਿਲੋ ਜਿਹੜਾ ਇਹਦੇ ਥੱਲੇ ਦੁੱਧ ਆ, ਅਤੇ ਕੋਈ ਵੀਰ ਚੰਗੇ ਸ਼ੌਂਕ ਨਾਲ ਜਿਹੜਾ ਕੱਟਾ ਵੀ ਸਾਂਭ ਲੂ, ਠੀਕ ਆ। ਸੂਬਾ ਤੀਜਾ ਵੀਰ ਦੱਸਣ ਡਿਆ ਵੀ ਤੀਜਾ ਸੂਬਾ, ਜਿੰਨਾ ਆਪਾਂ ਮੱਝ ਦਾ ਮੁੱਲ ਕਰਨਾ ਨਾ, ਇਹਨੇ ਦਾ 6 ਮਹੀਨਿਆਂ ਨੂੰ ਇਹਦਾ ਕੱਟਾ ਹੀ ਵੇਖੂ, ਮੱਝ ਤਾਂ ਮੁਸਤ ਰਹੀ ਨਹੀਂ, ਜੇ ਕੋਈ ਸੇਵਾ ਵਾਲਾ ਵੀਰ ਮਿਲ ਜੇ ਇਹਨੂੰ ਦੇ। ਲਓ ਜੀ, ਠੰਡੀ ਝੀਰੀ ਮੱਝ ਉਂਝ ਵੀ, ਠੀਕ ਆ। ਸੋ ਚੰਗੀ ਮੱਝ ਆ ਦੋਸਤੋ, ਬਾਕੀ ਖਰੀ ਆ ਕਮਰਾ ਕਰਮਾਂ ਵਾਲੀ, ਪਤਲੇ ਪਿੰਡੇ ਦੇ ਵਿੱਚ ਆ, ਅਤੇ ਸਭ ਤੋਂ ਵੱਡੀ ਗੱਲ ਹੈਗੀ ਆ ਦੋਸਤੋ, ਜਿਹੜੇ ਵੀਰ ਨੇ ਨਸਲ ਬਰੀਡ 'ਤੇ ਕੰਮ ਕਰਨਾ, ਕੱਟਾ ਬਹੁਤ ਮਗਰ ਜੰਮਿਆ ਪਲਿਆ, ਚੰਗਾ ਸੋਹਣਾ ਕੱਟਾ, ਬਾਕੀ ਨਸਲ ਬਰੀਡ ਦੇ ਵਿੱਚ ਆ, ਇਹ ਵੀ ਸ਼ੌਂਕ ਪੂਰਾ ਹੋ ਜੂਗਾ, ਜਿਹੜਾ ਕੋਈ ਵੀਰ ਅੱਗੇ ਨਸਲ ਬਰੀਡ ਵਾਲਾ ਕੱਟਾ ਵੀ ਖਰੀਦਣਾ ਚਾਹੁੰਦਾ ਮੋਹਰਾ ਦੇ ਵਿੱਚ, ਅਤੇ ਉਹ ਵੀ ਸ਼ੌਂਕ ਤੁਹਾਡਾ ਪੂਰਾ ਹੋ ਜੂਗਾ। ਬਾਕੀ ਤਾਜ਼ੀ ਸੱਜਰ ਸੂਈ ਆ, ਦੁੱਧ ਜਿਹੜਾ ਦੋਸਤੋ ਸਾਲ ਭਰ ਪਸ਼ੂ ਨੇ ਪਿਆਉਣਾ ਹੁੰਦਾ, ਅਤੇ ਫਿਲਹਾਲ ਇੱਕ ਵਾਰੀ ਤੁਹਾਨੂੰ ਫਿਰ ਆਪਾਂ ਨੇੜੇ ਤੋਂ ਦਿਖਾਉਂਦੇ ਹਾਂ ਥਣ ਥੁਣ, ਵਾਨਾ ਬਹੁਤ ਪੱਧਰਿਆ ਮਾਈ ਦਾ, ਕਿਸੇ ਵੀ ਮਾਈ ਦੇ ਸਾਈਡ ਸੂਡ ਵਾਲਾ ਕੋਈ ਚੱਕਰ ਨਹੀਂ ਆ। ਅੱਛਾ ਗੁਰਲਾਲ, ਕੀ ਮੰਗ ਕਰਦੇ ਆ ਜੀ? ਮੰਗ ਵੀਰ ਜੀ ਇਹਦਾ, ਜੇ ਇਹਦੇ ਆਪਾਂ ਦੂਜੇ ਚੱਕਰ 'ਚ ਮੁੱਲ ਕਰੀਏ, ਮੰਨ ਲਓ ਬਰੀਡ ਦੇ ਹਿਸਾਬ ਨਾਲ, ਉਸ ਹਿਸਾਬ ਨਾਲ ਦੇ ਮੁੱਲ ਹੀ ਕੋਈ ਨਹੀਂ ਮਾਈ ਦਾ, ਪਰ ਆਪਾਂ ਮੁੱਲ ਕਰਨਾ ਜਿਹੜੇ ਹਿਸਾਬ ਨਾਲ ਆਪਾਂ ਲਈ, ਆਪਾਂ ਨੂੰ ਜੇ ਭਾਜ ਬਣੀ ਤਾਂ ਆਪਾਂ ਭਾਣਾ ਹੀ ਦੇਣੀ ਆ, ਮੁੱਲ ਇਹਦਾ ਕਰਦੇ ਆਪਾਂ 70,000, ਹਾਂ ਨਾ 65,000 ਦੀ ਮਾਈ ਦੇ ਦਾਂਗੇ, 65 ਦੀ, ਹਾਂ ਠੀਕ ਆ। ਮਹਿੰਗਾ ਨਹੀਂ ਗਾ ਜ਼ਿਆਦਾ ਕੰਮ? ਨਹੀਂ ਕੰਮ ਮਹਿੰਗਾ ਨਹੀਂ ਜ਼ਿਆਦਾ, ਇੱਕ ਆਪਾਂ ਹੋਰ ਆਫਰ ਦੇ ਦਿੰਦੇ ਹਾਂ ਵੀ ਜੇ ਮੰਨ ਲਓ ਕੋਈ ਇਤਰਾ ਚਲੂ ਮੱਝ, ਅਤੇ ਫਿਰ ਆਪਾਂ ਉਹਨੂੰ ਰੱਖ ਲਾਂਗੇ, 7-8,000 ਦਾ ਰੱਖ ਲਾਂਗੇ ਇਹਨੂੰ ਆਪਾਂ। ਅੱਛਾ, ਜੇ ਕਿਸੇ ਨੇ ਅੱਜ ਉਸ ਤਰ੍ਹਾਂ ਮੈਂ ਕਰਕੇ ਚੋਲੂ ਦੇ, ਅੱਛਾ 7-8,000 ਦੇ ਨਾਲ ਹੀ ਕੀਮਤ ਆ, ਫਿਰ ਇਹਨੂੰ ਤਿਆਰ ਕਰ ਲਾਂਗੇ ਆਪਾਂ, ਹਾਂਜੀ ਲਓ ਜੀ, ਹਾਂ ਠੀਕ ਆ, 7,000 ਦਾ ਰੱਖ ਲਾਂਗੇ ਆਪਾਂ ਇਹਨੂੰ, ਠੀਕ ਹੈ ਜੀ ਠੀਕ। ਜੇ ਬੱਚੇ ਸਨੇ ਖੜਨੀ ਫਿਰ 65 ਦੀ, ਜੇ ਬੱਚੇ ਤੋਂ ਬਿਨਾਂ ਖੜਨੀ ਫਿਰ 58 ਦੀ, ਲਏ ਵੀ
ਹਾਂਜੀ ਉਹ ਵੀ ਕੋਈ ਆਪ ਦੀ ਸਮਝ ਵੇਖਣੀ ਵੀ ਜੇ ਤੇ ਚੋਲੋਗੇ ਹਾਂ ਹਾਂਜੀ ਬਾਕੀ ਇਹਦੇ ਕਰਕੇ ਤਾਂ ਮੇਰਾ ਵੀਰ ਬੱਚਾ ਤਾਂ ਨਹੀਂ ਛੱਡਣਾ ਕਿਸੇ ਨੇ ਕਿਉਂਕਿ ਮੱਝ ਆਪਣੀ ਥਾਂ ਰਹਿ ਗਈ ਬੱਚਾ ਆਪਣੀ ਥਾਂ ਇਹਨੂੰ ਵੇਖ ਕੇ ਅਸੀਂ ਮੱਝ ਲਈ ਆ ਹਾਂ ਚੰਗਾ ਪਲਿਆ ਪੋਸਿਆ ਕੱਟਿਆ ਮੁੱਲ ਲਾ ਕੇ ਵੀਰ ਜੀ ਚੀਜ਼ ਮਿਲਦੀ ਬਾਹਰੋਂ ਤੁਸੀਂ ਜਾਣੇ ਜੀ ਅੱਜ ਕੱਲ ਕਮਲਾ ਤੇ ਕੋਈ ਨਹੀਂ ਜਿਹੜਾ ਮੁਫਤ ਫੜਾ ਦੂਗਾ ਹਾਂ ਵਪਾਰੀ ਤੋਂ ਵੈਸੇ ਵੀ ਹੁਣ ਮੰਨ ਲਓ ਜੇ ਅਸੀਂ ਕਿਸੇ ਦੇ ਘਰ ਜਾ ਕੇ ਡੰਗਰ ਵੇਹਨੇ ਆ ਨਾ ਅਸੀਂ ਇਹਦਾ ਹੁਣ 65,000 ਮੁੱਲ ਕੀਤਾ ਨਾ ਉਹਨਾਂ ਵੀਡੀਓ ਵੇਖਣੀ 80,000 ਮੰਗਦੇ ਬਿਲਕੁਲ ਬਿਲਕੁਲ ਇੱਥੇ ਹੁੰਦਾ ਜੀ ਹਰ ਕੋਈ ਘਰ ਵਾਲੇ ਨੂੰ ਹੁੰਦਾ ਵੀ ਜੇ ਪਸ਼ੂ ਸਾਡਾ ਆਇਆ ਬੱਤਰ ਤਾਂ ਅਸੀਂ ਵੇਚ ਕੇ ਪੂਰੇ ਰੁਪਈਆਂ ਤੇ ਹਾਂਜੀ ਤੇ ਜੇ ਆਪਾਂ ਮਗਰੋਂ ਭਾਣਾ ਲਾਂਗੇ ਤੇ ਫੇਰ ਹੀ ਗਾਂ ਭਾਣਾ ਕਿਸੇ ਨੂੰ ਦਾਂਗੇ ਦਵਾਂਗੇ ਤੇ ਜੇ ਆਪਾਂ 10-20,000 ਡੰਗਰ ਮਗਰੋਂ ਉੱਚਾ ਚੁੱਕ ਲਿਆ ਵੀ ਅੱਜ ਆਪਾਂ ਵੀਡੀਓ ਪਾਉਣੀ ਦਾ ਉਹਦਾ ਇਕੱਠੀਆਂ ਕਰ ਲਈਏ ਫਿਰ ਉਹ 'ਚ ਕੋਈ ਸਵਾਦ ਨਹੀਂ ਆਉਂਦਾ ਜਾ ਕੇ ਅਗਲੇ ਨੂੰ ਕੋਈ ਜੇ ਕੱਲ੍ਹ ਨੂੰ ਵੇਚਣਾ ਕੋਈ 4 ਪੈਸੇ ਬਚਣ ਬਚਣ ਆਪਾਂ ਤਾਂ ਇਹ ਗੱਲ ਕਰਦੇ ਹਾਂ ਬਿਲਕੁਲ ਜੀ ਬਿਲਕੁਲ ਹੁਣ ਮੰਨ ਲਓ ਆਪਾਂ ਉਦੋਂ ਝੋਟੀ ਪਾਈ ਸੀ ਨਾ 40,000 ਦੀ ਇੱਕ ਤੋਕੜ ਗੱਭਣ ਤੇ ਆਪਾਂ ਇਸੇ 40,000 ਦੀ ਖਾਲੜੇ ਦੇ ਬੰਦਿਆਂ ਨੂੰ ਦਿੱਤੀ ਆ ਤੇ ਉਹਨਾਂ ਤੋਂ 3,000 ਮੁਨਾਫੇ ਨਾਲ ਆਪਣੇ ਘਰੇ 43,000 ਦੀ ਉਦੋਗਿਆਂ ਦੇ ਬੰਦੇ ਲੈ ਗਏ ਉਹਨਾਂ ਨੂੰ ਗਾਂਹ 45,000 ਆਪਣੇ ਘਰੇ ਹੀ ਦਿੰਦੇ ਰਹੇ ਆ ਵੀ ਝੋਟੀ ਸਾਨੂੰ ਦੇ ਦਿਓ ਅਸੀਂ ਤਿਆਰ ਕਰ ਲਾਂਗੇ ਬਸ 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 ਹਾਂਜੀ ਤੇ ਅੱਛਾ ਗੁਰਲਾਲ ਭਾਈ ਇਹ ਪਸ਼ੂ ਅੱਜ ਆਪਣੇ ਕੋਲ 3 ਵਿਕਾਊ ਸੀਗੇ ਹਾਂਜੀ ਇਹ 3 ਪਸ਼ੂ ਵੀਰ ਜੀ ਆਪਣੇ ਕੋਲ 3 ਸੂਏ ਸਵਾਏ ਆ ਜੇ ਇਹਦੇ ਕੋਈ ਵੀਰ ਭਰਾ ਆਉਂਦਾ ਹੈ ਫਿਰ ਤੇ ਆਪਾਂ ਉਹਦਾ ਧੰਨਵਾਦ ਕਰਦੇ ਵੀ ਆਪਦੀ ਤਸੱਲੀ ਕਰਕੇ ਖੜੇ ਤੇ ਜੇ ਕੋਈ ਆਨਲਾਈਨ ਮੰਗਾਉਂਦਾ ਹੈ ਆਪਦੀ ਵੀਡੀਓ ਕਾਲ ਤੇ ਚੋਲੇ ਜਿਸ ਤਰ੍ਹਾਂ ਵੀ ਮਰਜ਼ੀ ਤਸੱਲੀ ਕਰਨੀ ਆਪਦੀ ਤਸੱਲੀ ਕਰਕੇ ਖੜੇ ਆਪਾਂ ਨੂੰ ਕੋਈ ਚੱਕਰ ਨਹੀਂ ਜਿੱਦਾਂ ਵੀ ਕਿਸੇ ਕੋਈ ਸੰਤੁਸ਼ਟੀ ਹੁੰਦੀ ਉਦਾਂ ਹੀ ਕਰੇ ਹਾਂਜੀ ਫਿਲਹਾਲ ਦੋਸਤੋ ਇਹ 3 ਪਸ਼ੂ ਅੱਜ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਵੀਰ ਗੁਰਲਾਲ ਦੇ ਘਰੋਂ ਤੇ 3 ਪਸ਼ੂ ਸੋਏ ਸਵਾਇਆ ਡਿਟੇਲ ਤੁਹਾਨੂੰ ਮਿਲ ਗਈ ਆ ਬਾਕੀ ਨੰਬਰ ਸਕਰੀਨ ਤੇ ਆਪਾਂ ਚੱਲਦੇ ਕਰ ਦਿਆਂਗੇ ਨੰਬਰ ਬੋਲ ਦਈਏ ਗੁਰਲਾਲ ਨੰਬਰ ਵੀਰ ਜੀ ਹੈਗਾ 97792-99006 ਨਾਂ ਹੈਗਾ ਗੁਰਲਾਲ ਸਿੰਘ ਪਿੰਡ ਡੱਲ ਜ਼ਿਲ੍ਹਾ ਤਰਨ ਤਾਰਨ ਠੀਕ ਹੈ ਜੀ ਹਾਂਜੀ ਲਵ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ